ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਪੰਜਾ ਸਾਹਿਬ ਵਿਖੇ ਪਾਕਿਸਤਾਨ 'ਚ 29 ਤਰੀਕ ਨੂੰ ਇੱਕ ਮੂਵੀ ਦੀ ਸ਼ੂਟਿੰਗ ਕੀਤੀ ਜਾ ਰਹੀ ਸੀ ਜਿਸ ਸ਼ੂਟਿੰਗ ਦੇ ਦੌਰਾਨ ਲੋਕ ਜੁੱਤੇ ਪਾ ਕੇ ਗੁਰੂ ਘਰ ਦੇ ਅੰਦਰ ਵੜਦੇ ਨੇ ਔਰ ਸਾਰਾ ਸਟਾਰ ਕਾਸਟ ਜੁੱਤੀਆਂ ਦੇ ਅੰਦਰ ਦਿਖਾਈ ਦੇ ਰਿਹਾ ਹੈ ਇੱਕ ਸ਼ਰਧਾਲੂ ਨੇ ਇਸ ਦੀ ਵੀਡੀਓ ਬਣਾਈ ਜਿਸ ਨੇ ਵੀਡੀਓ ਬਣਾਈ ਉਹ ਵੀਡੀਓ 'ਚ ਕਹਿੰਦਾ ਸੁਣ ਰਿਹਾ ਹੈ ਕਿ ਆਪਕੋ ਪਤਾ ਹੀ ਨਹੀਂ ਹੈ ਇਹ ਸਿੱਖੀ ਕਿਵੇਂ ਮਿਲੀ ਹੈ ਲੱਗ ਰਿਹਾ ਹੈ ਕਿ ਉਹ ਵੀ ਮੁਸਲਮਾਨ ਆ ਪਰ ਉਸ ਨੂੰ ਕੋ ਗੁਰੂ ਘਰ ਦਾ ਪਿਆਰ ਆ ਉਸ ਨੂੰ ਗੁਰੂ ਘਰ ਨਾਲ ਪਿਆਰ ਆ ਸ਼ਰਧਾਲੂ ਆ ਬਜਾਏ ਇਸ ਦੇ ਕਿ ਉਹ ਮੂਵੀ ਕਾਸਟ ਦੇ ਉੱਤੇ ਕਾਰਵਾਈ ਹੁੰਦੀ ਜਾਂ ਜੋ ਲੋਕ ਜੂਤੇ ਪਾ ਕੇ ਅੰਦਰ ਆਏ ਸੀ ਉਹਨਾਂ ਤੇ ਕਾਰਵਾਈ ਹੁੰਦੀ ਮੈਨੂੰ ਜਿਸ ਅੱਜ ਸਿੱਖ ਸ਼ਰਧਾਲੂ ਨੇ ਵੀਡੀਓ ਭੇਜੀ ਉਹਨੇ ਦੱਸਿਆ ਕਿ 29 ਤਰੀਕ ਤੋਂ ਇਹ ਆਦਮੀ ਨਹੀਂ ਲੱਭਦਾ ਪਿਆ ਪੁਲਿਸ ਪ੍ਰਸ਼ਾਸਨ ਨੇ ਸ਼ਰਸਤੀ ਕਾਰਵਾਈ ਕਰਕੇ ਉਹਨੂੰ ਅੰਦਰ ਬੰਦ ਕਰ ਦਿੱਤਾ ਹੈ ਬੜੀ ਹੈਰਾਨਗੀ ਦੀ ਗੱਲ ਹੈ ਘਟਨਾ ਪਹਿਲੀ ਨਹੀਂ ਘਟੀ ਇਸ ਤੋਂ ਪਹਿਲਾਂ ਵੀ ਬਹੁਤ ਗੁਰੂ ਘਰਾਂ 'ਚ ਘਟਨਾ ਘਟ ਚੁੱਕੀ ਆ ਚਾਹੇ ਉਹ ਗੁਰਦੁਆਰਾ ਪੰਜਾ ਸਾਹਿਬ ਤੋਂ ਬਾਅਦ ਗੁਰਦੁਦਵਾਰਾ ਨਨਕਾਣਾ ਸਾਹਿਬ ਦੀ ਗੱਲ ਹੋਵੇ ਜਾਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਅੰਦਰ ਆਪਾਂ ਦੇਖਿਆ ਮੈਂ ਭਾਰਤ ਸਰਕਾਰ ਦੇ ਕੋਲ ਵਿਦੇਸ਼ ਮੰਤਰਾਲੇ ਕੋਲ ਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਰੰਤ ਇਸ ਤੇ ਕਾਰਵਾਈ ਕੀਤੀ ਜਾਵੇ ਉਥੋਂ ਦੀ ਸਰਕਾਰ ਨਾਲ ਗੱਲ ਕੀਤੀ ਜਾਵੇ ਔਰ ਇਹਨਾਂ ਲੋਕਾਂ ਤੇ ਮੁਕਦਮਾ ਦਰਜ ਕੀਤਾ ਜਾਵੇ ਗੁਰੂ ਘਰ ਦੀ ਬੇਅਦਬੀ ਕਰਨ ਦਾ ਔਰ ਜਿਸ ਗੁਰੂ ਘਰ ਦੇ ਸ਼ਰਧਾਲੂ ਨੇ ਇਹ ਵੀਡੀਓ ਬਣਾ ਕੇ ਇਹ ਜਨਤਕ ਕੀਤੀ ਲੋਕਾਂ ਨੂੰ ਜਾਣਕਾਰੀ ਦਿੱਤੀ ਆ ਉਸ ਦੀ ਜਾਨ ਦੀ ਰਾਖੀ ਕੀਤੀ ਜਾਵੇ ਪਾਕਿਸਤਾਨ ਦੀ ਸਰਕਾਰ ਨੂੰ ਤੁਰੰਤ ਇਹਨਾਂ ਲੋਕਾਂ ਨੂੰ ਫੜ ਕੇ ਅਰੈਸਟ ਕਰਨਾ ਚਾਹੀਦਾ ਹੈ ਜਿਨ੍ਹਾਂ ਗੁਰੂ ਘਰ ਦੀ ਬੇਅਦਬੀ ਕੀਤੀ ਹੈ